ਜੀ ਅਸਲਾਮ ਅਲੈਕਮ ਕੀ ਹਾਲ ਹੈ ਜਵਾਨੋ ਠੀਕ ਠਾਕ ਹੋ ਅੱਜ ਅਸੀਂ ਜਾ ਰਹੇ ਜਨਾਬ ਯਾਰੀ ਨਏ ਘਰ ਦਾ ਸਰਦੀਆਂ ਲੈਣ ਵਾਸਤੇ ਇਨਸ਼ਾਅੱਲਾ ਅਤੇ ਮੀਨੇਸੁੰਦ ਦੇ ਇੱਥੋਂ ਤਕਰੀਬਨ 50 ਕਿਲੋਮੀਟਰ ਦੂਰ ਹੈ ਦਿੱਲੀ ਦੇ ਅੱਛੇ ਰਿਸਪੋਂਸ ਹੋਵੇ ਤਾਂ ਅਤੇ ਤੱਕੋ ਹਾਂ ਵਿਊ ਨਾਰਵੇ ਦਾ ਉਹ ਜਿਹੜਾ ਇਲਾਕਾ ਉਹ ਵੀ ਸਪੈਸ਼ਲ ਇਲਾਕਾ ਨਾਰਵੇ ਬਹੁਤ ਹੀ ਖੂਬਸੂਰਤ ਇਲਾਕਾ ਮੀਨੇਸੁੰਦ ਹੈ ਅਸੀਂ ਜੀ ਮੀਨੇਸੁੰਦ ਆਉਣਾ ਆ ਮੀਨੇਸੁੰਦ ਜਿਹੜਾ ਸਾਡਾ ਕਜ਼ਨ ਹੈ ਉਹਨੇ ਨਵਾਂ ਘਰ ਲਿਆ ਅਤੇ ਅੱਜ ਉਸ ਘਰ ਦਾ ਜਿਹੜਾ ਕਿ ਉਹਨੇ ਚਾਬੀ ਲੈਣੀ ਹੈ ਆਪਣੇ ਨਾਂ ਉਹਦੇ ਹੋ ਗਿਆ ਅੱਜ ਉਹਨੇ ਕੰਟਰੈਕਟ ਲਿਖਣਾ ਆਪਣੇ ਘਰ ਨੂੰ ਆਪਣੇ ਮਤਲਬ ਕਿ ਕੰਟਰੋਲ ਉਹਦੇ ਆ ਜਾਏਗਾ ਉਹਦੇ ਕੰਟਰੋਲ ਦੇ ਵਿੱਚ ਚਾਬੀ ਉਹਨੂੰ ਲੱਭ ਜਾਏਗੀ ਅਤੇ ਉਸ ਖੁਸ਼ੀ ਵਿੱਚ ਅਸੀਂ ਵੀ ਸ਼ਾਮਿਲ ਹੋਣ ਵਾਸਤੇ ਚੱਲੇ ਹਾਂ ਨਾਲੇ ਤੁਹਾਨੂੰ ਘਰ ਵਹਾਉਂਦੇ ਹਾਂ ਇਲਾਕਾ ਵਹਾਉਂਦੇ ਹਾਂ ਇਹ ਮੀਨੇਸੁੰਦ ਦੇ ਰਹੇ ਤੁਸੀਂ ਸ਼ਿਲਡ ਆ ਗਏ ਬੜਾ ਉੱਚਾ ਪਹਾੜ ਨਾਲ ਹੀ ਹੋਣਾ ਇਹਨਾਂ ਦੇ ਨਾ ਬਿਲਕੁਲ ਨਾਲ ਇੱਥੇ ਇੱਕ ਆਪਣਾ ਫਿਊਲ ਸਟੇਸ਼ਨ ਵੀ ਇਹਨਾਂ ਦੇ ਘਰ ਦੇ ਕੋਲ ਬਿਲਕੁਲ ਇਹ ਇੱਕ ਪਿੰਡ ਹੈ ਛੋਟਾ ਜਿਹਾ ਖੂਬਸੂਰਤ ਜਿਹਾ ਸ਼ਹਿਰ ਤੋਂ ਥੋੜ੍ਹਾ ਦੂਰ ਹੈ ਅਤੇ ਬਹੁਤ ਖੂਬਸੂਰਤ ਜਗ੍ਹਾ ਹੈ ਆਰਾਮਦੇਹ ਪੁਰਸਕੂਨ ਸ਼ਹਿਰ ਦੀ ਟ੍ਰੈਫਿਕ ਸ਼ੋਰ ਤੋਂ ਦੂਰ ਪਹਾੜਾਂ ਦੇ ਦਰਮਿਆਨ ਇੱਕ ਖੂਬਸੂਰਤ ਜਗ੍ਹਾ ਵਾਦੀ ਹੈ ਬੜੀ ਅੱਛੀ ਜਗ੍ਹਾ ਬੜੀ ਪੁਰਸਕੂਨ ਲੋਕਾਂ ਵਾਸਤੇ ਇੱਕ ਪਰਫੈਕਟ ਜਗ੍ਹਾ ਜਿਹੜੀ ਹੈ ਨਾ ਠੀਕ ਹੈ ਉਹ ਉੱਤੇ ਇੱਕ ਤੁਸੀਂ ਦੇਖ ਰਹੇ ਹੋ ਪਹਾੜ ਦੇ ਉੱਤੇ ਟਾਵਰ ਲੱਗਿਆ ਇੱਕ ਸਿਗਨਲ ਮੋਬਾਈਲ ਸਿਗਨਲ ਟਾਵਰ ਹੈ ਜਾਂ ਜਿਹੜਾ ਕਿ ਇੰਟਰਨੈਟ ਦਾ ਸਿਗਨਲ ਟਾਵਰ ਹੈ ਚਲੋ ਜੀ ਹੋ ਗਈ ਗ੍ਰੀਨ ਇੱਥੇ ਕਿਸੇ ਸਬਜ਼ੀਆਂ ਲਾਈਆਂ ਜੀ ਆਲੂ ਨੇ ਇਹ ਤੁਹਾਨੂੰ ਥੋੜ੍ਹਾ ਜਿਹਾ ਵਿਊ ਦੇ ਰਿਹਾ ਪਿੰਡ ਦਾ ਕਿਤਨੇ ਪਿਆਰੇ ਘਰ ਲੋਕਾਂ ਨੇ ਬਣਾਏ ਨੇ ਬਾਗੀਚੇ ਲਾਏ ਨੇ ਬਾਹਰ ਇਹ ਸਾਡਾ ਕਜ਼ਨ ਜਾ ਰਿਹਾ ਅੱਗੇ ਜਿਹਨੇ ਘਰ ਖਰੀਦਿਆ ਅਸੀਂ ਜਿਹੜਾ ਕਿ ਕੁਦਰਤੀ ਇਕੱਠੇ ਹੋ ਗਏ ਇੱਥੇ ਪ੍ਰੋਗਰਾਮ ਤਾਂ ਨਹੀਂ ਆਇਆ ਲੇਕਿਨ ਉਹ ਆਈਏ ਉਹ ਵੀ ਪਹੁੰਚਣੇ ਅਤੇ ਅਸੀਂ ਵੀ ਪਹੁੰਚ ਆਏ ਅਸਲਾਮ ਅਲੈਕਮ
ਆ ਮੈਂ ਕੋਈ ਯਾਰ ਰੋਡ ਉੱਤੇ ਬੰਦ ਹੋ ਕਹਿੰਦਾ ਕਿ ਇਹ ਜੀ ਕਾਰ ਦਾ ਪੁਰਾਣਾ ਮਾਲਕ ਹੈ ਗਰਾਸ਼ਨ ਉਸ ਦਾ ਬੇਟਾ ਹੈ ਉਸ ਦਾ ਨਾ ਤਰਸੇ ਗ੍ਰੈਚੁਲੇਟ ਹੈ ਯਾਰ ਉਸ ਉਸ ਕਾ ਟੂ ਵਾ ਮੈਂ ਮਾਇਸ ਵੀ ਲੈ ਸਕਦਾ ਦਾ ਮੋੜਨ Thank you.